ਹੁੰਦਾ ਸੌਂਕਦਾ ਨਹੀਂ ਮੁੱਲ ਜਾਣੇ ਸਾਰਾ ਕੁੱਲ ਕਹਿਣੀ ਅਤੇ ਕਰਨੀ ਇੱਕ ਬਰਾਬਰ ਕਰੀ ਪਈ ਆ ਬੱਚੀ ਗੇਰਾਂ ਦੀ ਬੰਦੇ ਬਹੁਤ ਸ਼ੌਂਕ ਨਾਲ ਤਿਆਰ ਕਰਾਉਣ ਲੱਗਿਆ ਪਾਵਰ ਸਟੇਅਰਿੰਗ ਅਤੇ ਬਾਕੀ ਸਾਰਾ ਮੇਜਰ ਓਵਰਹਾਲ ਕਰਾਇਆ ਇਹਨਾਂ ਨੇ ਇੰਜਣ ਗੇਅਰ ਕਲੱਚ ਕਰਾਉਨ ਬਰੇਕਾਂ ਲੈਫਟ ਚਾਰੇ ਟਾਇਰ ਨਵੇਂ ਲਾਉਣੇ ਆ ਇਹ 25-11 ਬੜਾ ਪਿੰਡ ਦਾ ਵਾਲਿਆਂ ਦਾ ਜੀ ਅਤੇ ਫਲੋਰ ਦੇ ਕੋਲ ਮੇਸੀ ਦੀ ਸ਼ੋਅ ਤਿਆਰ ਹੋਈ ਪਈ ਆ ਅਤੇ ਇਹ ਵੀ ਅਗਲੇ ਹਫ਼ਤੇ ਇਸ ਹਫ਼ਤੇ ਡਨ ਹੋਜੂ ਜੋਬ ਉਸ ਤੋਂ ਬਾਅਦ ਬਾਕੀ ਜੋਬਾਂ ਵੀ ਤੁਹਾਨੂੰ ਦਿਖਾਉਂਦੇ ਹਾਂ 4-3700 ਤਿਆਰ ਹੋਇਆ ਜੀ ਇਹ ਸੰਗੋਜਲੇ ਵਾਲੇ ਵੀਰ ਹੋਣਾਂ ਦਾ ਜੀ ਜਿਹੜੇ ਆਸਟ੍ਰੇਲੀਆ ਵਾਲਿਆਂ ਦੇ ਬਲਵਿੰਦਰ ਸਿੰਘ ਦਾ ਇਹ ਰੈਡੀ ਹੋ ਗਿਆ ਜੀ ਬਸ ਗੱਲ ਇਹਦੇ ਟਾਇਰਾਂ ਦੀ ਜੋਬ ਰਹਿੰਦੀ ਆ ਟਾਇਰ ਬੁੱਕ ਕਰਾਏ ਹੋਏ ਹੱਥਾਂ ਸਵੇਰ 'ਚ ਆ ਜਾਣਗੇ ਇਹ ਵੀ ਪਾਵਾਂਗੇ ਮੇਸੀ ਦੀ ਮੜਗਾਟ ਤਿਆਰ ਕਰੀ ਜਾਂਦੇ ਆ ਬੱਚੇ ਮੇਸੀ ਦੀ ਬਾਡੀ ਬਰੈਮਰ ਹੋ ਗਈ ਪਹਿਲਾਂ ਸੈਂਡ ਬਲਾਸਟਿੰਗ ਹੋਈ ਫਿਰ ਬਰੈਮਰ ਹੋ ਗਈ ਉਸ ਤੋਂ ਬਾਅਦ ਫਿਰ ਇਹਦੀ ਆਹ ਕੁਆਲਿਟੀ ਆਈ ਆ ਜੀ ਸਵੇਰੇ ਇਹਨੂੰ ਵੀ ਪੇਂਟ ਮਾਰਾਂਗੇ ਮੌਸਮ ਬਹੁਤ ਵਧੀਆ ਹੋ ਗਿਆ ਮੀਂਹ ਪੈ ਗਿਆ ਥੋੜ੍ਹਾ ਜਿਹਾ ਮੀਂਹ ਪਿਆ ਜੀ ਅਤੇ ਉਸ ਤੋਂ ਬਾਅਦ ਆਹ ਦਿਖਾਉਂਦੇ ਹਾਂ 69-11 ਟ੍ਰੈਕਟਰ ਹੋਈ ਜਾਂਦਾ ਵਾ ਏ ਵੀ ਐਲ ਟੈਪ ਆਹ ਫੋਰਡ ਸਾਡਾ ਖੋਲਿਆ ਪਿਆ ਜੀ ਆਹ 69-11 ਦੀ ਜੋਬ ਚੱਲ ਰਹੀ ਆ ਜੀ 69-11 ਏ ਵੀ ਐਲ ਟੈਪ ਕਰ ਰਹੇ ਹਾਂ ਅਤੇ 75 ਹੌਸ ਪਾਵਰ 105 ਬੋਰ ਦੇ ਵਿੱਚ ਬਾਕੀ ਇੱਕ ਸਟਾਰਟ ਜੇ ਟੁੱਟ ਗਿਆ ਸੀਗਾ ਬੋਲਟ ਕੱਢੀ ਜਾਂਦਾ ਬੱਚਾ ਕਰਦਿਆਂ ਤੋਂ ਮੈਂ ਵੀ ਜਿਹੜਾ ਜੇ ਮੀਂਹ ਪਿਆ ਮੌਸਮ ਬਹੁਤ ਵਧੀਆ ਗਰਮੀ ਘਟੀ ਸੀ ਅਤੇ ਦਿਖਾਈ ਗਈ ਸਾਰੇ ਜਿੰਨੇ ਵੀ ਵੀਡੀਓ ਦੇਖ ਰਹੇ ਆ ਬੰਦੇ ਨਾਲ ਜੁੜੇ ਹੋਏ ਆ ਅਤੇ ਆਹ ਫੋਰਡ ਆ ਬਰਾੜ ਵਾਲਾ ਹਾਂਗਕਾਂਗ ਵਾਲਾ ਇਹ ਪਾਵਰ ਸਟੇਅਰਿੰਗ ਹੋਇਆ ਹੋਇਆ ਸੀ ਉਸ ਤੋਂ ਪਹਿਲਾਂ ਨਾਲ ਇਹ 25-11 ਸਟਾਰਟ ਕਰਨ ਲੱਗਿਆ ਬੱਚੇ ਪਾਵਰ ਸਟੇਅਰਿੰਗ ਦੀ ਜੋਬ ਡਨ ਹੋ ਗਈ ਸੀਗੀ ਇਸ ਤੋਂ ਬਾਅਦ ਤੁਹਾਨੂੰ ਮੇਸੀ ET 375 ਦਿਖਾਇਆ ਜਾਊਗਾ 18-4 ਅਤੇ 30 ਦਾ ਇਹਦਾ ਸਾਈਜ਼ ਆ ਜੀ ਇਹ ਅਵਤਾਰ ਸਿੰਘ ਸੰਧੂ ਆ ਮਾਲੜੀ ਪਿੰਡ ਇਹਨਾਂ ਨੇ ਖੁਦ ਕੋਲ ਇਹਨਾਂ ਕੋਲ 50 ਟ੍ਰੈਕਟਰਾਂ ਦੀ ਕਲੈਕਸ਼ਨ ਕਰੀ ਇਹਨਾਂ ਨੇ ਇਹਨਾਂ ਸਾਰਿਆਂ ਨੂੰ ਪਹਿਲਾਂ 135 ਕਰਿਆ ਸੀ ਹੁਣ 6600 ਕਰਿਆ ਆਪਾਂ ਉਸ ਤੋਂ ਬਾਅਦ ਇਹਦੀ ਵਾਰੀ ਆ ET 375 ਇਸ ਤੋਂ ਬਾਅਦ ਕਰਲੋਸਕਰ ਦੀ ਵਾਰੀ ਆ ਜੀ 4 ਸਲੰਡਰ ਕਰਲੋਸਕਰ 75 ਡਿਊਡਸ ਮੇਡ ਇਨ ਜਰਮਨ ਉਹਦੀ ਵਾਰੀ ਆਊਗੀ ਇਹ ਮੇਡ ਇਨ ਇੰਗਲੈਂਡ ਆ ਜੀ ਅਤੇ ਦੇਖੋ ਤੁਹਾਨੂੰ ਦਿਖਾਉਣਾ ਮੇਸੀ ਦੇ ਆਪਣੇ ਜਿਹੜੇ ਟ੍ਰੈਕਟਰ ਇੰਡੀਆ 'ਚ ਆਉਂਦੇ ਸੀਗੇ 35-40 ਹੋਰ ਫਾਵਰ ਨਿੱਕਾ ਨਿੱਕਾ ਸਮਾਨ ਸੀ ਦੇਖੋ ਕਿੱਡਾ ਹੈਵੀ ਡੋਟੀ ਸਟਰਕਚਰ ਲਾਇਆ ਉਹਨਾਂ ਨੇ 3-point ਲੈਂਕ ਤੇਲ ਵਾਲੀਆਂ ਬਰੇਕਾਂ ਉਸ ਤੋਂ ਬਾਅਦ ਕਿੰਨਾ ਹੈਵੀ ਡੋਟੀ ਗੇਅਰ ਬਾਕਸ ਅਤੇ ਅਡੈਕਸ਼ਨਾਂ ਲਾਈਆਂ ਜੀ ਇਹਨਾਂ ਨੇ